ਵਾਹਿਗੁਰੂ ਸਾਹਿਬ ਜੀ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰ ਨਾਨੂੰ ਹਰ ਮਾਰਗ ਪਾਏ ਬੇਸ਼ੁਮਾਰ ਅਥਾ ਅਗਨਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਗੁਰੂ ਸੰਗਤ ਦੀ ਯੁੱਗ ਦੁਆਰਾ ਮਾਲਕ ਦਾ ਹਰ ਜਸ ਗਾਇਨ ਕਰਦਿਆਂ ਸਰਵਣ ਕਰਦਿਆਂ ਸਫਲੇ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਨੌਜਵਾਨਾਂ ਵੱਲੋਂ ਜੋ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਭਾਵੇਂ ਕਿ ਇਸ ਦੀ ਤਰੀਕ ਪਹਿਲਾਂ ਕੋਈ ਹੋਰ ਮਿਤੀ ਸੀ, ਪਰ ਦਾਸ ਦਾ ਉਹਨਾਂ ਦਿਨਾਂ ਵਿੱਚ ਸਮਾਂ ਨਾ ਹੋਣ ਕਰਕੇ ਬਾਅਦ ਵਿੱਚ 23 ਤਰੀਕ ਤੈਅ ਕੀਤੀ ਗਈ। ਤੁਹਾਡਾ ਸਾਰਿਆਂ ਦਾ ਪਿਆਰ ਇਹਨਾਂ ਨੌਜਵਾਨਾਂ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਭਾਵੇਂ ਕਿ ਅੱਜ ਵੀ ਦਾਸ ਨੂੰ ਬਹੁਤ ਰੁਝੇਵੇਂ ਸਨ, ਪਰ ਫਿਰ ਵੀ ਮੈਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਦੇ ਦਰਸ਼ਨ ਕਰ ਰਿਹਾ ਹਾਂ। ਮੇਰਾ ਇਹ ਬਹੁਤ ਵੱਡਾ ਸੁਭਾਗ ਹੈ। ਦਾਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ, ਉਹਨਾਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸਾਕਾ ਨਨਕਾਣਾ ਸਾਹਿਬ ਅਤੇ ਮੌਜੂਦਾ ਸਮੇਂ ਜੋ ਬਹੁਤ ਹੀ ਦੁਖਦਾਈ ਘਟਨਾਵਾਂ, ਚਾਹੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਚਾਹੇ ਉਹ ਗੁਰਮਤਿ ਸਿਧਾਂਤਾਂ ਦਾ ਉਲੰਘਣ, ਉਹਨਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਦਾਸ ਨੂੰ ਪ੍ਰਬੰਧਕਾਂ ਵੱਲੋਂ ਇਹ ਪ੍ਰੇਰਣਾ ਹੋਈ ਹੈ ਕਿ ਜੋ ਅੰਮ੍ਰਿਤ ਸੰਚਾਰ ਹੋਣਾ ਹੈ ਉਹਦੇ ਸੰਬੰਧ ਵਿੱਚ ਗੁਰੂ ਦੀਆਂ ਸੰਗਤਾਂ ਨੂੰ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਹੋਲੇ ਮਹੱਲੇ ਤੋਂ ਬਾਅਦ ਅਗਲਾ ਜੋ ਸਾਡਾ ਖਾਲਸਾਈ ਗੁਰਪੁਰਬ ਹੈ ਵਿਸਾਖੀ, ਉਹਦੇ ਸੰਬੰਧ ਵਿੱਚ ਵੀ ਆਪ ਸੰਗਤਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੋ ਕੰਸੈਪਟ ਹੈ, ਜੋ ਸਿਧਾਂਤ ਹੈ, ਉਹ ਸਾਂਝਾ ਕੀਤਾ ਜਾਵੇ। ਆਓ ਯਤਨ ਕਰੀਏ ਮਿਲੇ ਹੋਏ ਸਮੇਂ ਦੇ ਵਿੱਚ ਰਲ ਮਿਲ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ, ਕਿਉਂਕਿ ਪਤਾ ਆਪ ਜੀ ਨੂੰ ਵੀ ਹੈ, ਕਿਉਂਕਿ ਗੁਰੂ ਕੀ ਸੰਗਤ ਦਾ ਦਰਜਾ ਬਹੁਤ ਵੱਡਾ ਹੈ, ਪਰ ਫਿਰ ਵੀ ਗੁਰੂ ਘਰ ਦੇ ਵਿੱਚ ਜੋ ਤੁਸੀਂ ਮਾਣ ਬਖਸ਼ਿਸ਼ ਕਰਦੇ ਹੋ,
ਰਲ ਮਿਲ ਕੇ ਆਪਾਂ ਸਾਰੇ ਯਤਨ ਕਰੀਏ ਤਾਂ ਕਿ ਗੁਰੂ ਸਿਧਾਂਤ ਗੁਰਮਤ ਵਿਚਾਰਾਂ ਨੂੰ ਆਪਾਂ ਸਾਰੇ ਸਾਂਝੀਆਂ ਕਰ ਸਕੀਏ। ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜੀਵਨ ਅਮਰ ਹੋ ਸਕੇ ਇਸ ਲਈ ਸਤਿਗੁਰੂ ਜੀ ਨੇ ਗੁਰਮਤ ਅੰਦਰ ਗੁਰਬਾਣੀ ਅੰਦਰ ਸਾਡੀ ਜੀਵਨ ਦੀ ਹਰ ਕਿਰਿਆ ਨੂੰ ਅੰਮ੍ਰਿਤ ਦੇ ਨਾਲ ਜੋੜਿਆ। ਗੁਰੂ ਕੀ ਬਾਣੀ ਦਾ ਸਮੁੱਚਾ ਉਪਦੇਸ਼ ਤੇ ਸਤਿਗੁਰੂ ਜੀ ਦੀ ਜੋ ਕਰਨੀ ਹੈ ਜਿਹਨੂੰ ਅਸੀਂ ਗੁਰ ਇਤਿਹਾਸ ਆਖਦੇ ਹਾਂ, ਚਾਹੇ ਉਹ ਸਾਡੇ ਹੋਰ ਸਿਧਾਂਤਕ ਵਿਧਾਂਤਕ ਇਤਿਹਾਸਕ ਸਰੋਤ ਨੇ, ਸਮੁੱਚੇ ਰੂਪ ਵਿੱਚ ਗੁਰਮਤ ਨੇ ਸਾਨੂੰ ਸਾਂਝੇ ਰੂਪ ਵਿੱਚ ਹਰ ਵਕਤ ਹਰ ਸਮੇਂ ਇਸ ਨੁਕਤੇ ਨਾਲ ਜੋੜਿਆ। ਸਭ ਤੋਂ ਪਹਿਲਾਂ ਇਸ ਸਰੀਰ ਦੀ ਗੱਲ ਕਰ ਲਈਏ। ਸਾਹਿਬ ਜੀ ਨੇ ਜਿੱਥੇ ਇਸ ਸਰੀਰ ਨੂੰ ਨਾਸ਼ਵਾਨ ਦੱਸਿਆ, ਜਿਵੇਂ ਹੁਣੇ ਚਰਚਾ ਹੋਈ ਹੈ ਕਿ ਇੱਕ ਤਾਂ ਸਰੀਰਕ ਮੌਤ ਹੈ ਜੋ ਬਿਲਕੁਲ ਡੈਫੀਨੇਟ, ਹਰ ਮਨੁੱਖ ਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਕੂਚ ਕਰਨਾ, ਪਰ ਦੂਸਰੀ ਆਤਮਕ ਮੌਤ ਹੈ। ਜਿਵੇਂ ਸਰੀਰਕ ਤੌਰ 'ਤੇ ਸਵਾਸ ਚੱਲ ਰਹੇ ਹੋਣ, ਅਸੀਂ ਮਨੁੱਖ ਨੂੰ ਜਿਉਂਦਾ ਸਮਝਦੇ ਹਾਂ, ਸਵਾਸਾਂ ਦਾ ਰੁਕ ਜਾਣਾ ਮੌਤ ਹੈ। ਸਾਹਿਬ ਜੀ ਨੇ ਆਤਮਕ ਤੌਰ 'ਤੇ ਉਹਨਾਂ ਨੂੰ ਜਿਉਂਦੇ ਕਿਹਾ ਜਿਨ੍ਹਾਂ ਦੇ ਮਨ ਵਿੱਚ ਨਿਰੰਕਾਰ ਪ੍ਰਭੂ ਜੀ ਵੱਸਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਕਿਉਂਕਿ ਮਤ ਜਾਣੋ ਜਗ ਜੀਵਨ ਦਾ ਦੂਜੈ ਭਾਏ ਮੁਆਸ। ਸਭ ਕਹਿੰਦੇ ਉਹ ਜਿਉਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਵੱਸਦਾ, ਦੂਸਰੇ ਨਹੀਂ ਜਿਉਂਦੇ। ਅੱਗੇ ਫਿਰ ਜੇ ਸ਼ਬਦ ਵਰਤਿਆ ਜੇ ਜੀਵੈ, ਜੇ ਆਪਾਂ ਮੰਨ ਵੀ ਲਈਏ ਕਿ ਉਹ ਪ੍ਰਭੂ ਸਿਮਰਨ ਤੋਂ ਬਿਨਾਂ ਮਾਲਕ ਦੀ ਯਾਦ ਤੋਂ ਬਿਨਾਂ ਜਿਉਂਦੇ ਵੀ ਨੇ, ਤੇ ਸਾਹਿਬ ਕਹਿੰਦੇ ਉਹਨਾਂ ਦੀ ਪੱਤ ਕੋਈ ਨਹੀਂ। ਪਹਿਲੀ ਗੱਲ ਤੇ ਉਹ ਜਿਉਂਦੇ ਕੋਈ ਨਹੀਂ, ਜਿਉਂਦੇ ਕੇਵਲ ਉਹ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਮੰਨ ਵੀ ਲਈਏ ਕਿ ਉਹ ਜਿਉਂਦੇ ਨੇ, ਉਹਨਾਂ ਨੇ ਕਦੇ ਨਿਤਨੇਮ ਨਹੀਂ ਕੀਤਾ, ਕਦੇ ਸਤਸੰਗ ਨਹੀਂ ਕੀਤੀ, ਕਦੇ ਪ੍ਰਭੂ ਨੂੰ ਸਿਮਰਿਆ ਨਹੀਂ, ਜੇ ਉਹ ਜਿਉਂਦੇ ਵੀ ਨੇ ਤੇ ਉਹਨਾਂ ਦੀ ਪੱਤ ਕੋਈ ਨਹੀਂ, ਕਿਉਂਕਿ ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਮੈ ਪੱਤ ਜਾਏ। ਪੱਤ ਹੈ ਕਿੰਨਾ ਕੋਈ, ਤਿੰਨ ਪੱਤ ਤਿੰਨ ਮਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ੁਰ ਵੱਸ ਜਾਂਦਾ, ਸਾਹਿਬ ਕਹਿੰਦੇ ਉਹਨਾਂ ਦੀ ਉੱਚੀ ਪੱਤ ਹੈ, ਉਹਨਾਂ ਦੀ ਸ੍ਰੇਸ਼ਟ ਮਤ ਹੈ, ਉਹਨਾਂ ਨੂੰ ਹੀ ਧਨਵਾਨ ਗਿਣਨਾ ਚਾਹੀਦਾ। ਗਰੀਬ ਨਵਾਜ ਨੇ ਕਿਰਪਾ ਕੀਤੀ ਕਿ ਪਹਿਲੀ ਗੱਲ ਤੇ ਉਹ ਜਿਉਂਦੇ ਨਹੀਂ, ਜੇ ਜਿਉਂਦੇ ਨੇ ਤੇ ਉਹਨਾਂ ਦੀ ਪੱਤ ਕੋਈ ਨਹੀਂ, ਜੇ ਜੀਵੈ ਪੱਤ ਲੱਥੀ ਜਾਏ। ਤੇ ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦੀ ਕੋਈ ਇੱਜ਼ਤ ਨਾ ਹੋਵੇ ਤੇ ਉਸ ਮਨੁੱਖ ਦਾ ਚੰਗਾ ਖਾਣਾ, ਉਹਦਾ ਚੰਗਾ ਪਹਿਨਣਾ ਕਿਸੇ ਅਰਥ ਵਿੱਚ ਨਹੀਂ, ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਹੜੇ ਪ੍ਰਭੂ ਯਾਦ ਤੋਂ ਬਿਨਾਂ, ਪ੍ਰਭੂ ਸਿਮਰਨ ਤੋਂ ਬਿਨਾਂ ਬੇਪੱਤ ਨੇ, ਪੱਤ ਤੋਂ ਬਿਨਾਂ ਨੇ, ਉਹਨਾਂ ਦਾ ਜੋ ਕੁਝ ਵੀ ਉਹ ਖਾਂਦੇ ਨੇ ਪਹਿਨਦੇ ਨੇ, ਖਾਧਾ ਪਹਿਨਦਾ ਬਾਦ ਹੈ, ਸਭ ਹਰਾਮ ਜੇਤਾ ਕਿਛ ਖਾਏ। ਭਾਵ ਜੇ ਉਹ ਚੰਗਾ ਖਾਂਦੇ ਨੇ, ਚੰਗਾ ਪਹਿਨਦੇ ਨੇ,
ਕਿਆ ਖਾਧੈ ਕਿਆ ਪਹਿਨਦੈ ਹੋਏ ਜਾ ਮਨ ਨਾਹੀ ਸੱਚਾ ਸੋਏ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਡਾਸ। ਹੁਣ ਜਿੱਥੇ ਸਰੀਰ ਨੂੰ ਸਤਿਗੁਰਾਂ ਨੇ ਨਾਸ਼ਵਾਨ ਦੱਸਿਆ ਉੱਥੇ ਇਸ ਸਰੀਰ ਦੇ ਅੰਦਰ ਸਾਹਿਬ ਕਹਿੰਦੇ ਇੱਕ ਅੰਮ੍ਰਿਤ ਦਾ ਕੁੰਡ ਹੈ ਜਿਹਦੇ ਤੱਕ ਅਸੀਂ ਸਾਰਿਆਂ ਨੇ ਪਹੁੰਚਣਾ ਹੈ।